ఢాక gutగగ 9గెిా BILL. ਆਕਾਸ਼ਵਾਣੀ ਜੰਮੂ ਹੈ ਸੰਜਾ ਖਬਰੇ ਤੋਂ ਦਾ ਸਵਾਗਤ ਖਾਸ ਖਾਸ ਖਬਰੇ ਕਰਨਾ ਮੈਂ ਨਿਰਮਲ ਵਿਕਰਮ ਭਾਰਤੀ ਅੰਤਰਿਕਸ਼ ਅਨੁਸੰਧਾਨ ਸੰਗਠਨ ਇਸਰੋ ਨੇ ਆਪਣੇ ਪਰਤੀ ਹੈ ਇਸਤੇਮਾਲ ਹੋ ਸਕਣੇ ਵਾਲੇ ਰੀ ਯੂਜ਼ੇਬਲ ਲਾਂਚ ਵਹੀਕਲ ਦੀ ਕਾਮਯਾਬ ਲੈਂਡਿੰਗ ਦੀ ਉਪਲਬਧੀ ਹਾਸਲ ਕੀਤੀ ਹੈ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਹੋ ਰਹੇ ਸਾਇੰਸਦਾਨੇ ਦੀ ਮੁਬਾਰਕਬਾਦ ਦਿੱਤੀ ਭਾਰਤ ਤੇ ਪੁਟਾਨ ਨੇ ਆਪਣੀ ਸਾਂਝ ਪਿਆ ਲਈ ਹੋਰ ਟਗੜਾ ਬਣਾਨੇ ਲਈ ਕਈ ਸਾਮਤੀ ਪੱਤਰੇ ਪਰ ਅੱਜ ਦਸਤਕਤ ਕੀਤੇ ਭੂਟਾਨ नरेश ਜਿਕਮੇ ਖੇਸਰ ਨਾਮਗਿਆਲ ਬਾਂਕ ਚੁਕੋ ਰਹੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੋ ਰੇਗੀ ਭੂਟਾਨ ਦੇ ਸਭਨੇਸ਼ਾ ਵੱਡੇ ਨਾਗਰਿਕ ਸਨਮਾਨ ਦਾ ਆਰਡਰ ਆਫ ਦਾ ਡਰੁਕ ਗਲਪੋ ਕਰਨਾ ਸਨਮਾਨਿਤ ਕੀਤਾ ਹੈ ਜੰਮੂ ਦੇ ਪਾਰਲੇ ਇਲਾਕੇ ਚ ਇੱਕ ਮਿੰਨੀ ਬਸਾ ਦੇ ਪਲਟੋਈ ਜਾਣੇ ਕਰੀ ਇੱਕ ਮਹਿਲਾ ਦੀ ਮੌਤ ਤੇ ਔਰ ਦੋ ਜਨੇ ਜ਼ਖਮੀ ਹੋਏਗੇ ਖਬਰਾਂ ਦੀ ਤਫਸੀਲ ਕਰਨਾ ਵਿਜੇ ਬਜਾਜ ਭਾਰਤੀ ਅੰਤਰਿਕਸ਼ ਅਨੁਸੰਧਾਨ ਸੰਗਠਨ ਇਸਰੋ ਨੇ ਅੱਜ ਬੜਲੈ ਕਰਨਾਟਕ ਦੇ ਚਿੱਤਰ ਦੁਰਗ ਪਰਿਕਸ਼ਨ ਰੇਂਜ ਪਰ ਆਪਣੇ ਪਰਤੀਏ ਇਸਤੇਮਾਲ ਹੋਈ ਸਕਣਿਆਲੇ ਰੀਯੂਜੇਬਲ ਲਾਂਚ ਵਹੀਕਲ ਕੀ ਕਾਮਯਾਬੀ ਕਰਨੇ 8 ਸਤਹ ਪਰ ਤੋਆਰਿਆ इसरो के अध्यक्ष एस सोमनाथ उरी सोशल मीडिया साइट एक्स पर एक संदेश च अंतरिक्ष यान के पूरी चाली ऑटोमेटिक तरीके कने चलाने 87 परतवार ने ते ऊर्जा प्रबंधन ਲਈ इसरो दी टीम की मुबारकबाद दीती इसरो ने अंतरिक्ष यान आरएलवी एलईएक्स02 दी कामयाब लैंडिंग दे कने नेविगेशन नियंत्रण प्रणाली लैंडिंग गियर ते रफ्तार की कट करने वाली प्रणालियों के क्षेत्र च स्वदेशी तकनीकों की एक बड़ी भी स्थापित कीता है ਲੌਂਚ ਵਹੀਕਲ ਪਰ ਕੀਤੇ ਗਏ ਦੂਏ ਟੈਸਟ ਚ ਇਸਰੋ ਨੇ ਕਾਮਯਾਬੀ ਕਰਨੇ ਬ੍ਰੇਕ ਪੈਰਾਸ਼ੂਟ ਲੈਂਡਿੰਗ ਗੀਅਰ ਬ੍ਰੇਕ ਸਟੀering ਪ੍ਰਣਾਲੀ ਤੇ ਨੈਵੀਗੇਸ਼ਨ ਹਾਰਡਵੇਅਰ ਤੇ ਸੌਫਟਵੇਅਰ ਦੀ ਵੀ ਕਾਮਯਾਬ ਆਜ਼ਮਾਇਸ਼ ਕੀਤੀ ਹੈ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰੋ ਨੇ ਪੁਸ਼ਪਕ ਆਰਐਲਵੀਟੀਡੀ ਦੀ ਕਾਮਯਾਬ ਲੈਂਡਿੰਗ ਲਈ ਇਸਰੋ ਦੇ ਸਾਇੰਸਦਾਨੇ ਕੀ ਮੁਬਾਰਕਬਾਦ ਦਿੱਤੀ ਹੈ ਸੋਸ਼ਲ ਮੀਡੀਆ ਦੀ ਇੱਕ ਪੋਸਟ 'ਚ ਠਾਕੁਰੋ ਨੇ ਆਖਿਆ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੇ ਨੇਤৃত্ব ਤਹਿਤ ਭਾਰਤ ਨੇ ਇਸ ਕਾਮਯਾਬੀ ਦੇ ਕੰਨ ਅੰਤਰਿਕਸ਼ ਦੀ ਖੋਜ ਸਰਬੰਦੀ ਖੇਤਰ ਦੀ ਅਗਵਾਈ ਦੀ ਆਪਣੀ ਵਚਨਬੱਧਤਾ ਕੀ ਪੱਕਾ ਕੀਤਾ ਹੈ। ਉਹਨੇ ਆਖਿਆ ਜੇ ਸਾਡੇ ਸਾਇੰਸਦਾਨੇ ਦੀ ਸਮਰਪਣ ਭਾਵਨਾ ਤੇ ਕਿਸ ਨਮਾ ਕਰੀ ਦੱਸਨੇ ਦਾ ਜਜ਼ਬਾ ਬੜਾ ਸਰਾਣੇਯੋਗ ਹੈ ਤੇ ਇਹ ਅੰਤਰਿਕਸ਼ ਦੀ ਖੋਜ ਸਰਬੰਦੀ ਖੇਤਰ 'ਚ ਨਮਹੀ ਉਚਾਈਆਂ ਅਸਲ ਕਰਨੇ 'ਚ ਮੁਲਕ ਦੀ ਮਦਦ ਕਰਾ ਕਰਤਾ ਹੈ। ਭਾਰਤ ਤੇ ਭੂਟਾਨ ਵਿਚਕਾਰ ਅੱਜ ਆਪੂਚੇ ਦੀ ਸਾਂਝ ਪਿਆ ਲਈਗੀ ਔਰ ਮਜ਼ਬੂਤ ਕਰਨੇ ਆਸਤੇ ਕਈ ਸਮਝੌਤੇ ਪਰ ਦਸਖਤ ਕੀਤੇ ਗਏ। ਇਹ ਸਮਝੌਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇਨ ਦੀ ਮੌਜੂਦਗੀ ਚੋਏ। ਪ੍ਰਧਾਨ ਮੰਤਰੀ ਹੁੰਦਾ ਭੂਟਾਨ ਦਾ ਦੌਰਾ ਦੋਵਨ ਮੂਲਕਾਂ ਵਿਚਕਾਰ ਦਪੱਕੀ ਰਿਸ਼ਤੰਗੀ ਔਰ ਨਿੱਗਰ ਬਨਾਗ। ਭਾਰਤ ਇਸਲੇ ਭੂਟਾਨ ਦੇ ਸਮਰਥ ਵਿਕਾਸ ਉਪਰ ਕੰਮ ਕਰਾਰਦਾ ਜਿਹਦੇ ਚ ਪਨ ਬਿਜਲੀ ਪ੍ਰਯੋਜਨਾ, ਡਿਜੀਟਲਿਕਰਣ, ਸਿਹਤ ਤੇ ਸਿੱਖਿਆ ਜਨੇ ਖੇਤਰਾਂ ਦੀਆਂ ਕਈ ਪ੍ਰਯੋਜਨਾ ਸ਼ਾਮਲ ਨ। ਇਤਿcanada ਕੇ ਭਾਰਤ ਈ ਬਿਜ਼ਨਸ ਨੈਸ਼ਨਲ ਸਿੰਗਲ ਵਿੰਡੋ ਤੇ ਔਰਦੁਈ ਰਾਸ਼ਟਰੀ ਸੇਵਾਇ ਤੇ ਡਿਜੀਟਲ ਸਕੂਲ ਜਨੇ ਖੇਤਰੇ ਚ ਵੀ ਭੂਟਾਨ ਦੀ ਸਹਾਇਤਾ ਕਰਦਾ ਹੈ ਪ੍ਰਧਾਨ ਮੰਤਰੀ ਮੋਦੀ ਉਹ ਰਾਜ ਬੱਡਲੇ ਡਾਉਂਦਨੇ ਦੇ ਸਰਕਾਰੀ ਦੌਰੇ ਪਰ ਭੂਟਾਨ ਪੁੱਜੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਗੀ ਭੂਟਾਨ ਦੇ ਸਰਵੋੱਚ ਨਾਗਰਿਕ ਪੁਰਸਕਾਰ ਆਰਡਰ ਆਫ ਦਾ ਡਰੁਕ ਗਿਆਲਪੋ ਕਨੇ ਸਨਮਾਨਿਤ ਕੀਤਾ ਗਿਆ ਭੂਟਾਨ ਦੇ ਨਰੇਸ਼ ਜਗਮੇ ਖੇਸਰ ਨਾਮਗਿਆਲ ਵੰਗਚੂ ਕੋਰੇ ਅੱਜ ਥਿੰਪੂ ਚ ਪ੍ਰਧਾਨ ਮੰਤਰੀ ਨੂੰ ਗੀ ਇਹ ਪੁਰਸਕਾਰ ਪ੍ਰਦਾਨ ਕੀਤਾ ਇਸ ਮੌਕੇ ਪਰ ਬੋਲਦੀ ਹੋਈ ਸ਼੍ਰੀਮਤੀ ਉਹਨੇ ਆਖਿਆ ਜੇ ਇਹ ਉਹਦੇ ਜੀਵਨ ਦਾ ਬੜਾ ਵੱਡਾ ਤੀਨਾ ਹੈ ਉਹਨੇ ਆਖਿਆ ਜੇ ਹਰ ਪੁਰਸਕਾਰ ਆਪਣੇ ਆਪ ਵਿੱਚ ਬੜਾ ਖਾਸ ਹੁੰਦਾ ਪਰ ਜਿਸ ਲਈ ਦੂਏ ਦੇਸ਼ ਥਾ ਕੋਈ ਪੁਰਸਕਾਰਤ ਹੁੰਦਾ ਤਾਂ ਇਆਂ ਬਝੋਂਦਾ ਜ ਜੀਆਂ ਦਵੈ ਦੇਸ਼ ਸਹੀ ਰਸਤੇ ਪਰ ਅੱਗੇ ਵਧਾ ਕਰਦਿੰ ਉਹਨੇ ਆਖਿਆ ਜੇ ਇਹ ਪੁਰਸਕਾਰ ਉੰਦੀ ਨਿਜੀ ਉਪਲਬਧੀ ਨਹੀਂ ਬਲਕਿ ਭਾਰਤ ਤੇ ਉਹਦੇ 140 ਕਰੋੜ ਦੇ ਸ਼ਵਾਸੀਆਂ ਦਾ ਸਨਮਾਨ ਹੈ ਉਹਨੇ ਸਭਨੇ ਭਾਰਤ ਵਾਸੀਆਂ ਦੀ ਤਰਫਾ ਇਹ ਸਨਮਾਨ ਸਵੀਕਾਰ ਕੀਤਾ ਉਨੇ ਇਸ ਲਈ ਭੂਟਾਲ ਨਰੇਸ਼ਨ ਦਾ ਆਫਾਰ ਪ੍ਰਗਟ ਕੀਤਾ ਪ੍ਰਧਾਨ ਮੰਤਰੀ ਮੋਦੀਓ ਨੇ ਅੱਜ ਦੁਪਹਿਰ ਹੀ ਥਿੰਪੂ ਦੇ ਤਾਸ਼ੀ ਛੋਡ ਜ਼ੋਂਗ ਪੈਲੇਸ ਚ ਭੂਟਾਨ ਨਰੇਸ਼ਨ ਦੇ ਕੰਨੇ ਗੱਲਬਾਤ ਕੀਤੀ ਦੋਵਾਂ ਨੇ ਦੇਸ਼ਾਂ ਭਾਰਤ ਭੂਟਾਨ ਮੈਤਰੀ ਕੀ ਹੋਰ ਮਜ਼ਬੂਤ ਕਰਨ ਦੇ ਤੈਅ ਕੀ ਪੱਕਾ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀਓ ਨੇ ਆਖਿਆ ਜੇ ਸਰਕਾਰ ਟਿਕਾਊ ਜਲ ਪ੍ਰਬੰਧਨ ਦੀ ਦਿਸ਼ਾ ਚ ਕੰਮ ਕਰਨੇ ਆਸਤੇ ਵਚਨੇ ਬੱਝੀ ਦੀ ਹੈ ਅੱਜ ਪਾਣੀ ਸਰਬੰਦੀ ਕੁਲ ਸੰਚਾਰੀ ਤੇ ਆੜੇ ਦੇ ਮੌਕੇ ਪਰ ਸੋਸ਼ਲ ਮੀਡੀਆ ਤੇ ਇੱਕ ਪੋਸਟ ਰਾਹੀਂ ਸ਼੍ਰੀ ਮੋਤੀਓ ਨੇ ਆਖਿਆ ਹੈ ਜੇ ਪਾਣੀ ਸਭਨੇ ਜ਼ਿੰਦਗੀਆਂ ਲਈ ਅਤਿ ਲਾਜ਼ਮੀ ਹੈ ਤੇ ਸਰਕਾਰ ਇਸ ਬੇਸ਼ਕੀਮਤੀ ਸੰਸਾਦਤਨੀ ਹਿਫਾਜ਼ਤ ਆਸਤੇ ਵਚਨੇ ਪਰ ਜੀਤੀ ਹੈ ਭਾਜਪਾ ਦੇ ਨੇਤਾ ਤੇ ਸਾਬਕਾ ਮੰਤਰੀ ਐਮ ਕੇ ਅਜਾਤ ਸ਼ਤਰੂ ਸਿੰਘ ਹੋਰੇ ਜੰਮ ਕਸ਼ਮੀਰ ਤਮਾ ਦਫਾ 370 ਟਾ ਨੇ ਦੇ ਭਾਰਤ ਸਰਕਾਰ ਦੇ ਦਲੇਰੀ ਪਰੋਚੇ ਫੈਸਲੇ ਦੀ ਸਰਾਨਾ ਕੀਤੀ ਹੈ ਉਨੇ ਆਖਿਆ ਜੇ ਇਸ ਇਤਿਹਾਸਿਕ ਗੈਨ ਹੈ ਪਿਛਲੇ ਸੱਤੇ ਤੱਕ ਕਿਧਮਾ ਖਿੱਤੇ ਦੇ ਲੋਕਾਂ ਕਨੇ ਉਹ ਅਰਦੀ ਬੇਨਿਆਈ ਕੀ ਖਤਮ ਕਰੀ ਦਿੱਤਾ ਹੈ ਸੰਯੁਕਤ ਰਾਸ਼ਟਰ ਚ ਆਪਣੇ ਪਾਸੰਦran ਬੋਲਦੀ ਹੋਈ ਆਜ਼ਾਦ ਛਤਰੂ ਰੇ ਆਖਿਆ ਜੇ 2019 ਚ ਕੀਤੇ ਗਿਦੇ ਸੰਵਿਧਾਨਿਕ ਸੁਧਾਰ ਦੇ ਬਾਅਦ ਥਮਾ ਗਿਆ ਪ੍ਰਦੇਸ਼ ਚ ਅਤੰਕਵਾਦੀ ਵਾਰਦਾਤਾਂ ਚ ਬੜੀ ਮੱਤੀ ਕਮੀ ਆਈ ਹੈ ਉਨੇ ਆਖਿਆ ਜੇ ਪਿਛਲੇ 9 ਬਰਿਆਂ ਦਰਨ ਜੰਮੂ ਕਸ਼ਮੀਰ ਨੇ ਟਾਂਚਾਗਤ ਵਿਕਾਸ ਜਿញਾਂ ਨਵੇਂ ਮੈਡੀਕਲ ਕਾਲਜ ਸਥਾਪਿਤ ਕਰਨੇ சுரੰਗਾ ਰੇਲਵੇ ਲਾਈਨਾਂ ਤੇ ਨਾਗਰਿਕ ਟਾਂਚਾ ਖੜੇਰਨੇ ਚ ਇੱਕ ਨਵੀਂ ਕ੍ਰਾਂਤੀ ਦਾ ਦੌਰ ਦਿਖਿਆ ਹੈ। ਉਨੇ ਇਹ ਵੀ ਆਖਿਆ ਜੇ ਖਿੱਤੇ ਦੀ ਸੱਗੋ ਸਰ ਸੰਸਕ੍ਰਿਤਿਕ ਵਿਰਾਸਤ ਦੀ ਸਾਂਭ ਸੰਭਾਲ ਯਕੀਨੀ ਬਣਾਉਂਦੀ ਹੋਈ ਇਹ ਤਰੱਕੀ ਹਾਸਲ ਕੀਤੀ ਗਈ ਹੈ। ਸਾਬਕਾ ਮੰਤਰੀ ਹੋਰੇ ਸੰਯੁਕਤ ਰਾਸ਼ਟਰ ਕੀ ਅਪੀਲ ਕੀਤੀ ਹੈ ਜਿਓ ਪਾਕਿਸਤਾਨ ਦੇ ਨਜਾਇਜ਼ ਕਬਜ਼ੇ ਵਾਲੇ ਜੰਮੂ ਕਸ਼ਮੀਰ ਦੇ ਲੋਕਾਂ ਦੀ ਹਲਚ ਸੁਧਾਰ ਰਸਤੇ ਠੋਸ ਗਏ ਪੁੱਟੇ। ਅਜਤ ਛਤੂਰੇ ਨੇ ਆਖਿਆ ਜੇ ਇਹ ਆਤ ਲਾਜ਼ਮੀ ਹੈ ਜੇ ਆਲਮੀ ਬ੍ਰਾਤਰੀ ਇਹਨ ਲੋਕਾਂ ਦੇ ਪੁਨਿਆਤੀ ਆਕ ਜਕੀਨੀ ਬਣਾਉਣ ਦੇ ਕੰਨੋਂ ਕੰਨੀ ਹੁੰਦੀਆਂ ਸਮੱਸਿਆਆਂ ਦਾ ਨਬੇੜਾ ਵੀ ਕਰਵਾ ਡੋਗਰਾ ਸਦਰ ਸਭਾ ਦੇ ਪ੍ਰਧਾਨ ਗੁਲਚੈਨ ਸਿੰਘ ਝਾੜਕੋਰੀ ਆਉਂਦੇ ਬਸਾਕੀ ਮੇਲੇ ਦੇ ਕੰਨਿਆ ਕੰਨਾ ਆਯੋਜਿਤ ਕੀਤੇ ਜਾੜ ਦੇ ਡੁੱਗਰ ਮੇਲੇ ਦੇ ਬਾਰੇ ਚ ਜਾਣਕਾਰੀ ਦਿੱਤੀ ਹੈ ਉਹਨੇ ਇਸ ਮੇਲੇ ਦੇ ਸਾਂਸਕ੍ਰਿਤਿਕ ਮਤ ਵਪਰ ਲੋਪਾਈ ਜਿਸੇ ਜੰਮੂ ਉਤਸਵ ਵੀ ਆਖਿਆ ਜਾਂਦਾ ਹੈ اپنی سبہ دن نिश्चے کی دوران دی ہوئی چاڑکوڑے اور نے سدسیوں دے کن اس ڈگر میلے دے سماروگی متا ಉತ್ساپروچا بنانے لئی سگنت چکی اونے یہ نئی کوششیں تے پہل قدمیاں کن ڈگر سنسکریتی کی بچانے دے مقصد کی بھی اچا کر کیتا اے خبراں تو اس আকাশوانی جموںت واسونار دیو باقی دی خبریں کرنا ہے نرمال وکرم ਜੰਮੂ ਦੇ ਬਾਹਰਲੇ ਇਲਾਕੇ ਮੀਰਾ ਸਾਬ ਚ ਇੱਕ ਮਿੰਨੀ ਬੱਸ ਦੇ ਪਲਟੋਈ ਜਾਣੇ ਕਰੀ ਉਹਦੇ ਚ ਸਵਾਰ ਇੱਕ ਜਨਾਨੀ ਦੀ ਮੌਤ ਹੋ ਗਈ ਤੇ ਦੋ ਹੋਰ ਜਣੇ ਜ਼ਖਮੀ ਹੋਏਗੇ ਪੁਲਸਾ ਦੇ ਮੁਤਾਬਕ ਅੱਜ ਬੜਲਾ ਇਹ ਮਿੰਨੀ ਬੱਸ ਸੜਕਾ ਉਪਰ ਪਲਟੋਈ ਗਈ ਕਾਲੇਗੀ ਆਰਸਪੁਰਾ ਦੇ ਉਪ ਜ਼ਿਲ੍ਹਾ ਹਸਪਤਾਲ ਚ ਪਰ ਠੀਕ ਰਾਇਤੀ ਤਗੇਦਾ ਹੈ ਔਰ ਬਿਓਰੇ ਕੀ ਪਲ ਗਿਆ ਜਾਦਾ ਹੈ ਜੰਮੂ ਦੇ ਸੰਭਾਜਲੇਚ ਵਿਜੇਪੁਰ ਸਥਿਤ ایمਜ਼ ਹਸਪਤਾਲ ਚ ਮਤੇ ਚੇਰਾ ਥਮਾ ਟੈਲੀਫੋਨ ਉਪਰ ਸਲਾਮ ਮਸ਼ਵਰਾ ਲੈਣ ਲਈ ਬਲਗੀਜਾਰ ਦੀ ਟੈਲੀਮੈਡੀਸਨ ਦੀ ਸੁਵਿਧਾ ਅਗਲੇ ਹਫਤੇ ਥਮਾ ਸ਼ੁਰੂ ਹੋਈ ਜਾਗ एम्स ਦੇ ਨਿਰਦੇਸ਼ਕ ਡਾਕਟਰ ਸ਼ਕਤੀ ਗੁਪਤਾ ਅਰੇ ਤੋਂ ਅੱਜ ਇਸ ਸਰਬੰਧ ਚ ਤਿਆਰੀਆਂ ਜਾਰੀਨ ਤੇ ਪ੍ਰੀਖਣ ਕੀਤੇ ਜਾਣ ਦੇਣ ਉਹਨੇ ਅੱਗੇ ਆਖਿਆ ਜੇ ਇਸ ਸਬੂਧਾ ਦੇ ਸ਼ੁਰੂ ਹੋਈ ਜਾਣੇ ਦੇ ਬਾਅਦ ਐਮਜ਼ ਦੇ ਮਾਹਿਰ ਡਾਕਟਰ ਟੈਲੀਫੋਨ ਉਪਰ ਜ਼ਿਲ੍ਹਾ ਸਤਾ ਦੇ ਸਿਹਤ ਕੇਂਦਰੇ ਚ ਇਲਾਜ ਕਰਾਰ ਦੇ ਮਰੀਜ਼ੇ ਦੇ ਬਾਰੇ ਚ ਮੈਡੀਕਲ ਮਸ਼ਵਰੇ ਦੇ ਸਕੰਗਣ ਇਨੇ ਕੇਂਦਰੇ ਚ ਦਾਖਲ ਦੂਰ ਦਰੇਡੇ ਇਲਾਕੇ ਦੇ ਮਰੀਜ਼ੇਗੀ ਇਸ ਸੁਬਦਾ ਦਾ ਮਤਾ ਫਾਇਦਾ ਹੋਗ ਉਹਨੇ ਇਹ ਵੀ ਜਾਣਕਾਰੀ ਦਿੱਤੀ ਜੇ ਜ਼ਰੂਰਤ ਪਉਣੇ ਉਪਰ مشورے ਦੇ ਬਾਅਦ ਮਰੀਜ਼ਗੀ ایمਸ ਹਸਪਤਾਲ ਚ ਪਰਤੀ ਕਰਾਈ ਸਕਨੇ ਦਾ ਵੀ ਪ੍ਰਬੰਧ ਹੋਗ ਇਹਦੇ ਇਲਾਵਾ ایمਸ ਦੇ ਅਮਲੇਗੀ ਉਪਕਰਣੇ ਦੀ ਸਖਲਾਈ ਦੇ ਨਾਸਤਾ ਦਿੱਲੀ ایمਸ ਹਸਪਤਾਲ ਦੇ ਅਮਲੇਗੀ ਲਾਇਆ ਜਾਇ ਸਕਦਾ ਹੈ ਸਾਂਭਾ ਜ਼ਿਲ੍ਹੇ ਚ ਸੰਸਦੀ ਚੁਣਾਈ ਦੇ ਮੱਦੇਨਜ਼ਰ ਚੋਣ ਤਿਆਰੀਆਂ ਗੀ ਸਬੂਰਾ ਕਰਿਆ ਇੱਕ ਉਪਲਬਧੀ ਅਸਰ ਕਰ ਲੈਤੀ ਹੈ ਇਥੇ ਈਵੀਐਮ ਮਸ਼ੀਨਾਂ ਕੀ ਚਲਾਉਣੇ ਦੀ ਸਖਲਾਈ ਸਫਲਤਾ ਕੰਨ ਸੰਭਨ ਹੋਈਗੀ ਏਕਾਮ ਸੰਭਾ ਦੇ ਰਿਟਰਨਿੰਗ ਅਫੀਸਰ ਅਭਿਸ਼ੇਕ ਸ਼ਰਮਾਉਂ ਦੀ ਨਿਗਰਾਨੀ ਹੇਠ ਅੰਜਾਮ ਦਿੱਤਾ ਗਿਆ ਇਸ ਬਾਰੇ ਬੋਲਦੋਈ ਉਹਨੇ ਆਖਿਆ ਈਐਮਐਸ ਪੋਰਟਲ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਮੈਨੇਜਮੈਂਟ ਸਿਸਟਮ ਪੋਰਟਲ ਪੇ ਇਸ ਪ੍ਰੋਸੈਸ ਕੋ ਰੈਂਡਮਾਈਜ਼ ਕੀਤਾ ਜਿਸਮੇ ਸਭੀ ਪੋਲਿਟੀਕਲ ਪਾਰਟੀਆਂ ਨੇ ਇਸਮੇ ਪਾਰਟਿਸਿਪੇਟ ਕੀਤਾ ਔਰ खुद हैंड्स ऑन करके देखा कि कैसे ईवीएम इसको रेंडमाइज किया जाता है और अलग अलग असेंबली कॉन्स्टिट्युएंसी असाइन होती है बहुत एक ट्रांसपेरेंट प्रोसेस है और सबका कॉन्फिडेंस डेफिनेटली इससे बढ़ता है कि जब इसमें रेंडमाइजेशन करते हैं ਇਹ ਅਗਲੇ ਲੋਕ ਸਭਾ ਚੋਣਾਂ ਦੀ ਈਮਾਨਦਾਰੀ ਵਾਲੇ ਟੰਗੇ ਸੇਰ ਕਰਾਉਣ ਆਸਥੇ ਕੁੜੂਆ ਚਵੀ ਚੋਣਾਂ ਦੀ ਡਿਊਟੀ ਕਰਨਾ ਸਰਬੰਦਤ ਕਰਮਚਾਰੀਆਂ ਨੂੰ ਇਲੈਕਟ੍ਰੋਨਿਕ VOTING ਮਸ਼ੀਨਾਂ ਯਾਨੀ EVM ਕਿ ਚਲਾਉਣ ਦੀ ਸਿਖਲਾਈ ਦਿੱਤੀ ਗਈ EVM ਦੇ ਕੰਨਾ-ਕਣਾ ਇਹਨਾਂ ਕੀ BB PAT ਮਸ਼ੀਨਾਂ ਕੀ ਚਲਾਉਣਾ ਵੀ ਸਿਖਾਇਆ ਗਿਆ ਕਟੂਆ ਚ 6 ਜ਼ਿਲ੍ਹਾ ਅਸੈਂਬਲੀਅਲ ਕਨ ਜਿੱਥੇ 701 મતદાન ਕੇਂਦਰ ਹੋਣਗਣ ਇਨੇ ਕੇਂਦਰਾਂ ਚ ਮਤਦਾਨਾਸਤੇ EVM ਮਸ਼ੀਨਾਂ ਲਾਈਆਂ ਜਾਗਣ ਕਟੂਆ ਦੇ ਤਹਿਸੀਲਦਾਰ ਵਿਕਰਮ ਕੁਮਾਰ ਹੋ ਰਹੇ ਜਿਹੜੇ ਕਿ EVM ਸਖਲਾਈ ਚਲਦੇ ਇਨਚਾਰਜ ਵੀ ਹਨ ਉਹਨੇ ਚੁਨਾਹ ਕਰਮਚਾਰੀਆਂ ਕੀ EVM ਕੀ ਚਲਾਉਣ ਦੇ ਤਰੀਕੇ ਕੀ ਚੰਗੀ ਚਾਲੀ ਸਮਝੀ ਲੈਣ ਲਈ ਆ ਗਿਆ ਤਾਂਜੇ ਮਤਦਾਨ ਵਾਲੇ ਤਿਆੜਾ ਇੰਦੇ ਚ ਕੋਈ ਵਿਗੜ ਨਹੀਂ ਪਵੇ

बंटवारे तो के बाद जब हिंदुस्तान पाकिस्तान बंटवारा हुआ उसके बाद लक्षण मैंने सारी देखी है अब जो लक्षण हो रही है ठीक है चलो तो फैसला किया है इसने भ्रष्टाचार नरोधी ब्यूरो के निदेशक शक्ति पाठक होर शहीद नायकें की श्रद्धांजलि देने के तौर पर जम्मू के मौलाना आजाद स्टेडियम च मार्टायर्स कप सीजन टू टी ट्वेंटी क्रिकेट मुकाबले का उद्घाटन किया इस मौके उन्हें जम्मू कश्मीर दी परानी की पुरानी क्रिकेट एसोसिएशन यह मुकाबला आयोजित करने सराहना की उन्हें आख्या टूर्नामेंट्स का होना कई मायनों में बहुत जरूरी है एक तो आप में टीम स्पिरिट बन रही रहती है सेहत के लिहाज से भी अच्छा है समाज में जो बुराइयां हैं उनसे दूर भागने के लिए बहुत अच्छा है और यूथ को मोटिवेट करने के लिए बहुत अच्छा है और मार्टियर्स के नाम से शुरू किया हुआ है तो मुझे लगता है कि वो परिवार जिन्होंने अपने घर का एक सदस्य खोया है जिसने शहादत दी है उनके लिए एक बहुत बड़ी तसल्ली की बात है सांत्वना की बात होती है कि हमारे बच्चे ने जो देश के जो तो शहादत दी है समाज उसको याद रखता है उसको सम्मान की नज़र से देखता है खास खास खबर एक बारी पड़ती है भारतीय अंतरिक्ष अनुसंधान संगठन इसरो ने अपने परतीय इस्तेमाल हो सकने वाले री लॉन्च व्हीकल दी कामयाब लैंडिंग दी उपलब्धि हासिल की है ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰੋ ਨੇ ਸਾਇੰਸਦਾਨ ਨੇਗੀ ਇਹਦੇ ਲਈ ਮੁਬਾਰਕਬਾਦ ਦਿੱਤੀ। ਭਾਰਤ ਤੇ ਭੂਟਾਨ ਨੇ ਆਪਣੇ ਸਾਂਝਪਿਆ ਲਿਖੀ ਔਰ ਤਗੜਾ ਬਣਾਉਣ ਲਈ ਕਈ ਸਹਿਮਤੀ ਪੱਤਰੇ ਪਰ ਅੱਜ ਦਸਕਤ ਕੀਤੇ ਨੇ। ਭੂਟਾਨ ਨਰੇਸ਼ ਜਿਗਮੇ ਕੇਸਰ ਨਾਮਗਿਆਲ ਵੰਕਚੂ ਕੋਰੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਰਹੇਗੀ। ਭੂਟਾਨ ਦੇ ਸਭਨੇ ਸ਼ ਵੱਡੇ ਨਾਗਰਿਕ ਸਨਮਾਨ ਦੀ ਆਰਡਰ ਆਫ ਦ ਡਰੁਕ ਗਿਆਲਪੋ ਕਨੇ ਸਨਮਾਨਿਤ ਕੀਤਾ। ਤੇ ਜੰਮੂ ਦੇ ਬਾਹਰਲੇ ਇਲਾਕੇ ਚ ਇੱਕ ਇੱਕ ਮਿੰਨੀ ਬਸ ਦੇ ਪਲਟੋਈ ਜਾਣੇ ਕਰੀ ਇੱਕ ਮਹਿਲਾ ਦੀ ਮੌਤ ਤੇ ਔਰ ਦੋ ਜਨੇ ਜ਼ਖਮੀ ਹੋਏ ਕਿਨ। ਇਹ ਦੇਖਣਯੋਗ ਖ਼ਬਰਿੰਦਾ ਇਹ ਬੁਲੇਟਿਨ ਸਮਾਪਤ ਹੋ ਗਿਆ